ਅਸਲਾਮੁਆਲਿਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤਬੀਲਿਓ ਗੱਲ ਜਿਹੜੀ ਏ ਉਹ ਬੜੀ ਵੱਧ ਗਈ ਹੈ ਬੇਸ਼ੱਕ ਇੱਕ ਗੱਲ ਜਿਹੜੀ ਵੱਧ ਗਈ ਹੈ ਇਹ ਸਿਰਫ ਸੋਸ਼ਲ ਮੀਡੀਆ ਤੇ ਵਧਾਈ ਜਾ ਰਹੀ ਹੈ ਠੀਕ ਹੈ ਨਾ ਜੀ ਇਹ ਮੈਂ ਨਾਲ ਤੁਹਾਨੂੰ ਦੱਸ ਦਿਆ ਕਿ ਸੁਪਰੀਮ ਕੋਰਟ ਦੇ ਵਿੱਚ ਅੱਜ ਜੋ ਹੋਇਆ ਜੋ ਕੋਈ ਫੈਸਲਾ ਆਇਆ ਜੋ ਕੋਈ ਕਿਸੇ ਦਾ ਕੋਈ ਖਾਬ ਸੀ ਉਸ ਖਾਬ ਨੂੰ ਪੂਰਾ ਕੀਤਾ ਗਿਆ ਪੂਰਾ ਕਰਨ ਤੋਂ ਬਾਅਦ Imran Khan ਸਾਹਿਬ ਤੋਂ ਲੱਗੇ ਤੇ ਥੱਲੇ ਤੋੜ ਸਾਬਰ ਸ਼ਾਕਰ ਤੱਕ ਹਰ ਬੰਦਾ ਕਹਿ ਰਿਹਾ ਕਿ ਇਸ ਤਰ੍ਹਾਂ ਦੀ ਸੁਪਰੀਮ ਕੋਰਟ ਪੈਦਾ ਹੀ ਨਹੀਂ ਹੋ ਸਕਦੀ ਕੀ ਬਾਤ ਹੈ ਵਾ 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 ਸੱਤ ਹੀ ਖੈਰਾ ਬੜਾ ਅੱਛਾ ਫੈਸਲਾ ਤੇ ਬੜਾ ਅਨਾਂ ਫੋਲ ਮਾਹੌਲ ਤੇ ਮਿੱਠੇ ਚੌਲ ਜਿਹੜੇ ਨੇ ਉਹ ਕਿਤੇ ਜਾ ਰਹੇ ਨੇ ਤੇ ਮੈਂ ਇਹ ਕਹਿਣਾ ਚਾਹਨਾ ਮਿੱਠਿਆ ਨੂੰ ਬਈ ਸੁਪਰੀਮ ਕੋਰਟ ਜਿਹੜੀ ਹੈ 9 ਅਪ੍ਰੈਲ ਦੀ ਰਾਤ ਨੂੰ ਜਦੋਂ 12 ਵਜੇ ਖੁੱਲੀ ਅਜੇ ਬੱਤੀਆਂ ਉਹਨਾਂ ਬਾਲੀਆਂ ਸੀ ਜਦੋਂ ਨਿਆਜ਼ੀ ਨੂੰ ਉਹ ਦੋ ਮੁੰਡੇ ਆਏ ਤੇ ਉਹਨਾਂ ਹੋਰਾ ਮੁਕੀ ਕੀਤੀ ਕਰਕੇ ਤੇ ਛੀਨਾ ਜੱਫੀ ਕਰਕੇ 1 2 2 4 4 ਠੋਕ ਕੇ ਤੇ ਬਾਹਰ ਕੱਢਿਆ ਰਖਸ਼ੇ ਤੇ ਬਿਠਾਇਆ ਤੇ ਬਣੀ ਗੱਲ ਟੋਰ ਛੜਿਆ ਉਦੋਂ ਸਿਰਫ ਉਹਨਾਂ ਬੱਤੀਆਂ ਵਾਲੀਆਂ ਸੀ ਇੰਜ ਇੰਜ ਕਰਕੇ ਇਸ਼ਾਰਾ ਦਿੱਤਾ ਸੀ ਕਿ ਧਿਆਨ ਕਰੋ ਆਇਨੇ ਪਾਕਿਸਤਾਨ ਨੂੰ ਨਹੀਂ ਤੋੜਨਾ ਤੇ ਉਦੋਂ Imran Khan ਤੋਂ ਲੱਗ ਕੇ ਤੇ ਥੱਲੇ Sabir Shaker tak ਕਹਿੰਦੇ ਸੀ ਮੈਂ ਇਹ ਅਦਾਲਤ ਅਮਰੀਕਾ ਦੀ ਇਹ ਅਮਰੀਕਨ ਜੱਜ ਨੇ ਅਮਰੀਕਾ ਤੋਂ ਇਹ ਆਏ ਨੇ ਅਮਰੀਕਾ ਨੇ ਇਹਨਾਂ ਨੂੰ ਪੈਸੇ ਕਰਲੇ ਕਿ ਤੁਸੀਂ ਐਂਡ ਕਰੋ ਤੇ ਅੱਜ ਉਹੀ ਚੀਫ ਜਸਟਿਸ ਤੇ ਚਲੋ ਬਾਕੀ ਤੇ ਚਾਰ ਜੱਜ ਹੋਰ ਹੋ ਗਏ ਉਹਨਾਂ ਦੇ ਬਾਰੇ ਅੱਗੇ ਜਾ ਕੇ ਗੱਲ ਕਰਨੇ ਆ ਉਹੀ ਸੁਪਰੀਮ ਕੋਰਟ ਦੀ ਬਿਲਡਿੰਗ ਉਹਨਾਂ ਨੇ ਅੱਜ ਕੋਈ ਫੈਸਲਾ ਦਿੱਤਾ ਜਿਹਦੇ ਤੇ ਗੱਲ ਕਰਨੇ ਆ ਤੇ ਅੱਜ ਉਹ ਠੀਕ ਹੋ ਗਏ ਅੱਜ ਉਹ ਅਮਰੀਕੀ ਨਹੀਂ ਹੈ ਯਕਦਮ ਨੈਸ਼ਨੈਲਿਟੀ ਬਦਲ ਗਈ ਉਹਨਾਂ ਦੀ ਇਹ ਇਕਦਮ ਉਹ ਮੁਹਬੇਵਤਨ ਹੋ ਗਈ ਹੈ ਠੀਕ ਹੈ ਨਾ ਜੀ ਤੇ ਹੁੰਦਾ ਇੰਜੇ ਮਿੱਠਾ ਜੀ ਕਿ ਸੁਪਰੀਮ ਕੋਰਟ ਸਾਹਿਬ ਜਿਹੜੇ ਨੇ ਸਾਡੀ ਕਾਬਲੇ ਇhtiram ਜਿਹੜੀ ਸੁਪਰੀਮ ਕੋਰਟ ਹੈ ਉਹਨਾਂ ਨੇ ਅੱਜ ਅਮਲਾਂ ਜਿਹੜਾ ਨਾ ਪਾਕਿਸਤਾਨ ਦੇ ਵਿੱਚ ਜੁਡੀਸ਼ੀਅਲ ਮਾਰਸ਼ਲ ਲਾ ਦਿੱਤਾ ਆਪਣੇ ਵੱਲੋਂ ਆਪਣੇ ਵੱਲੋਂ ਲਾ ਦਿੱਤਾ ਹੈ ਔਰ ਸੋਸ਼ਲ ਮੀਡੀਆ ਤੇ ਇਮਰਾਨ ਖਾਨ ਤੋਂ ਲੱਗ ਕੇ ਦੇ ਥੱਲੇ ਸਾਰੇ ਜਿਹੜੇ ਕਾਦੇਉੜੇ ਨੇ ਉਹਨਾਂ ਦੀ ਨਜ਼ਰ ਵਿੱਚ ਮਾਰਸ਼ਲ ਲਾ ਦਿੱਤਾ ਜੋ ਉਹਨਾਂ ਦੀ ਖਾਸ਼ ਹੈ ਕਿਉਂਕਿ ਨਿਆਜ਼ੀ ਜਿਹੜਾ ਉਹਨੂੰ ਤੇ ਇਸ ਕੰਮ ਵਾਸਤੇ ਆਂਦਾ ਹੈ ਨਾ ਮੈਂ ਮੁਲਕ ਦੇ ਵਿੱਚ ਅਫਰਾ ਤਫਰੀਖ ਖਾਣਾ ਜੰਗੀ ਔਰ ਉਸ ਤੋਂ ਬਾਅਦ ਐਟਮੀ ਪ੍ਰੋਗਰਾਮ ਜਿਹੜਾ ਰੋਲ ਬੈਕ ਇਹ ਲਿਖਿਆ ਕੰਟਰੈਕਟ ਤੇ ਲਿਖਿਆ ਹੈ ਉਹਨਾਂ ਤਾਕਤਾਂ ਦੇ ਨਾਲ ਕਾਦੇਉੜਿਆਂ ਨਾਲ ਔਰ ਜਿਹੜੇ ਹੋਰ ਨੇ ਜਿਹੜੇ ਪਿਛਲੇ 22 ਸਾਲ ਤੋਂ اربਾਂ ਡਾਲਰ ਇਹਨੂੰ ਦੇ ਰਹੇ ਨੇ ਕਦੇ ਆਸੇ ਦੇ ਰਹੇ ਨੇ ਕਿ ਖਾਲਾ ਦਾ ਮੁੰਡਾ ਉਹ ਖਾਲਾ ਦਾ ਮੁੰਡਾ ਹੈ ਨਹੀਂ ਇਸ ਵਾਸਤੇ ਕਿਉਂਕਿ ਉਹਨਾਂ ਦਾ ਉਹ ਆਪਣਾ ਹੈ ਕਿਉਂਕਿ ਉਹਦਾ ਨਾ ਕੋ ਪਾਕਿਸਤਾਨ ਨਾਲ ਕੋ ਤੱल्लਕ ਆ ਨਾ ਕੋ ਦੀਨ ਨਾਲ ਕੋ ਤੱल्लਕ ਆ ਨਾ ਕੋ ਹੋਰ ਕਿਸੇ ਸ਼ੈ ਨਾਲ ਤੱल्लਕ ਆ ਉਹ ਉਹਨਾਂ ਦਾ ਉਹਨਾਂ ਪਾਲਿਆ ਏ ਪੋਸਿਆ ਏ ਡਾਲਰ ਦਿੱਤੇ ਨੇ ਸਿਆਸਤ ਦੇ ਚਾੰਦਾ ਹੈ ਅਗੋਂ ਅੰਦਰੋਂ ਕੈਂਚੂ ਪਵਾ ਕੇ ਤੇ ਉਹਨੂੰ ਵਜ਼ੀਰ ਆਜ਼ਮ ਵੀ ਬਣਾਇਆ ਠੀਕ ਹੈ ਨਾ ਜੀ ਤੇ ਉਹ ਤੇ ਬੜੀ ਦੇਰ ਦੀ ਇਖਾਸ਼ ਕਰ ਰਿਹਾ ਸੀ ਕਿ ਇੱਥੋਂ ਤੱਕ ਗੱਲ ਆਏ ਉਹ ਤੇ ਫਿਰ ਪਾਕਿਸਤਾਨ ਦੀ ਫੌਜ ਸੀ ਜਿਹੜੀ ਜਾਂਦੀ ਸੀ ਕਿ ਨਹੀਂ ਖਾਨਾ ਜੰਗੀ ਅਸੀਂ ਨਹੀਂ ਹੋਣ ਦੇਣੀ ਅਸੀਂ ਇਹ ਮੁਲਕ ਜਿਹੜਾ ਇਸ ਤਰ੍ਹਾਂ ਇਹਦੇ ਕੋਲੋਂ ਇਹਦੇ ਹੱਥੋਂ ਅਸੀਂ ਇਹਦਾ ਮਲਿਆ ਮੇਟ ਨਹੀਂ ਹੋਣ ਦੇਣਾ ਇਹ ਤੇ ਇਹ ਵੀ ਕਹਿੰਦਾ ਅਗਲੇ ਦਿਨ ਜਲਸੇ ਜੀ ਕਹਿੰਦਾ ਕਿ ਪਾਕਿਸਤਾਨ ਤੇ ਐਟਮ ਕਰਾ ਦੇ ਐਟਮ ਸੁੱਟ ਦਿਓ ਖਤਮ ਕਰ ਦਿਓ ਹਰਸ਼ਾ ਮਲਿਆ ਮੇਟ ਕਰ ਦਿਓ ਠੀਕ ਹੈ ਨਾ ਜੀ ਤੇ ਵਾਪਸ ਆ ਜਾਂਦੇ ਆ ਸੁਪਰੀਮ ਕੋਰਟ ਦੇ ਵਿੱਚ ਅੱਜ ਕੀ ਹੁੰਦਾ ਕੱਲ ਰਾਤ ਨੂੰ ਹੁਣ ਧਿਆਨ ਕਰਿਆ ਜੇ ਕੱਲ ਰਾਤ ਨੂੰ 10 ਵਜੇ ਨੋਟਿਸ ਲਿਆ ਗਿਆ ਸੋ ਮੋਟੋ ਇੱਕ ਜਿਹੜੇ ਜੱਜ ਸਾਹਿਬ ਨੇ ਉੱਥੇ ਸੁਪਰੀਮ ਕੋਰਟ ਦੇ ਉਹਨਾਂ ਨੂੰ ਕੋ ਖਾਬ ਆਉਂਦਾ ਜਾਂ ਫੋਨ ਦੇ ਉੱਤੇ ਕੋਈ ਫਿਲਮਾ ਸ਼ਿਲਮਾ ਵੇਖ ਰਿਹਾ ਹੋਣੇ ਨੇ ਨਾ ਸੋਸ਼ਲ ਮੀਡੀਆ ਤੇ ਜੱਜਾਂ ਦਾ ਇਹ ਹੀ ਕੰਮ ਰਹਿ ਗਿਆ ਨਾ ਉਹ ਮਿੱਠਿਆਂ ਦਾ ਅਲੰਕੇ ਇੱਥੇ ਬਾਹਰ ਦੇ ਮੁਲਕਾਂ 'ਚ ਜੱਜ ਜਿਹੜਾ ਨਾ ਟੀਵੀ ਵੇਖ ਸਕਦਾ ਨਾ ਫੋਨ ਇਸਤੇਮਾਲ ਕਰ ਸਕਦਾ ਨਾ ਸੋਸ਼ਲ ਮੀਡੀਆ ਇਸਤੇਮਾਲ ਕਰ ਸਕਦਾ ਉਹ ਜਿਹੜੇ ਜੱਜ ਸਾਹਿਬ ਨੇ ਉਹ ਆਂਦੇ ਨੇ ਕੰਨ ਦੇ ਵਿੱਚ ਚੀਫ ਜਸਟਿਸ ਦੇ ਕੰਨ 'ਚ ਕਿਉਂਕਿ ਉਹਨਾਂ ਦੇ ਕੰਨ 'ਚ ਕਿਸੇ ਫੂਕ ਮਾਰੀ ਉਸ ਜੱਜ ਦੇ ਬਾਈ ਸਟੈਬਲਿਸ਼ਮੈਂਟ ਤੇ ਨਿਊਟਰਲ ਹੋ ਗਈ ਇਹ ਜਿੰਨਾ ਲੋਕਾਂ ਨੂੰ ਅਸੀਂ ਇੰਨੀ ਮਿਹਨਤ ਕਰਕੇ ਕੱਢਿਆ ਸੀ ਉਹ ਸਾਰੇ ਵਾਪਸ ਆ ਗਏ ਵਾਪਸ ਆ ਕੇ ਕੋਈ ਵਜ਼ੀਰ ਆਜ਼ਮ ਬਣ ਗਿਆ ਕੋਈ ਵਜ਼ੀਰ ਆਲਾ ਬਣ ਗਿਆ ਬਲਾਬਲ ਵਜ਼ੀਰ ਖਰਚਾ ਬਣ ਗਿਆ ਤੇ ਇਸ ਸਾਰਾ ਕੁਝ ਤੇ ਤੁਸੀਂ ਕੀ ਪਕਰਤੇ ਕੋਈ ਹਿਲਜਲ ਕਰੋ ਮਾਲ ਐਵੇਂ ਦਿੱਤਾ ਤੈਨੂੰ ਕੋਈ ਹਿਲਜੁਲ ਤੇ ਕਰੋ ਉਹ ਕੋਈ ਕੰਡੀਸ਼ਨ ਦੇ ਤੇ ਖਿਲਾਰੋ ਰਾਜ ਉਹ ਜਿਹੜੇ ਜੱਜ ਸਾਹਿਬ ਨੇ ਮਹਤਰਮ ਸਾਡੇ ਉਹਨਾਂ ਨੂੰ ਨਾ ਉਸ਼ਕਲ ਆਉਂਦੀ ਏ ਜਾਂ ਆਂਦੇ ਨੇ ਬਖਾਬ ਆਈਏ ਕਿ ਮੈਂ ਸੋਸ਼ਲ ਮੀਡੀਆ ਪਿਆ ਵੈਨ ਆ ਤੇ ਫਿਲਮ ਹਿਲਮਾ ਚਲਦੀਆਂ ਨੇ ਪਈਆਂ ਤੇ ਨਾਲ ਹੀ ਇਹਨਾਂ ਮੈਂ ਕੋਈ ਪੋਸਟ ਵੈਨਾਂ ਤੇ ਉਹਦੇ ਲਿਖੇ ਆ ਕਿ ਹਕੂਮਤ ਜਿਹੜੀ ਏ ਨਾ ਤਬਾਦਲੇ ਕਰ ਰਹੀ ਏ ਅਫਸਰਾਂ ਦੇ ਜਿਹੜੀ ਆ ਜਿਹੜੇ ਇਨਕੁਆਰੀਆਂ ਕਰਦੇ ਨੇ ਸ਼ਰੀਫ ਫੈਮਲੀ ਦੇ ਕੇਸਾਂ ਦੀਆਂ ਤੇ ਉਰਾਂ ਤੇ ਪਰਾਂ ਤੇ ਉਹ ਰਿਕਾਰਡ ਜਿਹੜਾ ਉਹ ਸਜੇ ਖੰਬੇ ਕਰ ਰਹਾ ਖਾ ਭਾਈ ਫਿਲਮ ਵਿੰਦੇ ਆ ਵਿੰਦੇ ਆ ਸੋਸ਼ਲ ਮੀਡੀਆ ਫੇਸਬੁੱਕ ਤੇ ਵਿੰਦੇ ਆ ਵਿੰਦੇ ਆ ਸਾਹਮਣੇ ਪੋਸਟ ਆ ਜਾਂਦੀ ਸਾਬਰ ਸ਼ਾਕਰ ਦੀ ਤੇ ਪਿਛੋਂ ਨੂੰ ਕਿ ਸਕਾਨੇਜ ਕਹਿਆ ਸੀ ਕਿ ਕੋਈ ਕੰਡੀਸ਼ਨ ਦੇ ਖਲਾਰੇ ਏ ਕੀ ਕੀਤਾ ਮਿਹਨਤ ਸਾਰੀ ਜ਼ਾਇਆ ਕਰ ਛੜੀ ਜੇ ਸਟੈਬਲਿਸ਼ਮੈਂਟ ਤੇ ਹੋ ਗਈ ਨਿਊਟਰਲ ਤੇ ਤੁਹਾਡੀ ਵਕਤ ਹੀ ਕੋਈ ਨਹੀਂ ਤੁਹਾਨੂੰ ਕੋਈ ਪੁਸ਼ਤੇ ਨਹੀਂ ਪਿਆ ਤੇ ਕੁਝ ਹਿਲਜੁਲ ਤੇ ਕਰੋ ਮਾਲਕਾ ਦਾ ਖਾਂਦੇ ਹੋ ਪਿਆ ਫੈਮਲੀਆਂ ਤੁਹਾਡੀਆਂ ਸਾਰੀਆਂ ਬਾਹਰ ਅਮਰੀਕਾ ਸੈਟਲ ਕਿਸ ਕਰਨੀਆਂ ਜਾਂ ਬਰਤਾਨੀਆ ਜਿਵੇਂ ਸਾਖਬ ਨਸਾਰ ਦੀ ਕੀਤੀ ਹੈ ਉਹ ਜਿਹੜਾ ਜੱਜ ਹੈ ਨਾ ਉਹ ਫੂਕ ਮਾਰੀ ਚੀਫ ਜਸਟਿਸ ਦਾ ਕਾਨੇਜ ਕੇ ਸਰ ਜੀ ਹੈ ਵੇਖੋ ਉਹ ਤੇ ਤਬਾਦਲੇ ਪੇ ਕਰਦੇ ਨੇ ਤੇ ਆਪਣੇ ਕੇਸ ਜਿਹੜੇ ਨੇ ਖਤਮ ਪੇ ਕਰਾਉਂਦੇ ਨੇ ਮਨੇ ਕਿਹਾ ਛਾ ਤੇ ਸਾਨੂੰ ਪੁੱਛਦੇ ਹੀ ਬੰਦਾ ਕੋਈ ਨਹੀਂ ਉਹ ਸਟੈਬਲਿਸ਼ਮੈਂਟ ਜਿਹੜੀ ਉਹ ਨਿਊਟਰਲ ਹੋ ਗਈ ਏ ਉਹ ਉਹ ਸਾਰੇ ਬੰਦੇ ਇੱਥੇ ਆ ਕੇ ਬਹਿ ਗਏ ਜਿਨ੍ਹਾਂ ਨੂੰ ਬੜੀ ਮਿਹਨਤ ਨਾਲ ਅਸੀਂ ਕੱਢਿਆ ਸੀ ਯਾਦ ਨਹੀਂ ਜੇ ਉਹ ਜਦੋਂ ਨਿਗਰਾਨ ਜੱਜ ਵੀ ਲਾਇਆ ਤੇ ਪਨਾਮਾ ਕੀਤਾ ਤੇ ਉੱਤੋਂ ਹੰਗਾਮਾ ਕੀਤਾ ਤੇ ਵਿੱਚੋਂ ਪਜਾਮਾ ਕੱਢਿਆ ਤੇ ਪਤਾ ਨਹੀਂ ਕੀ ਕੀ ਕੱਢਿਆ ਇਹ ਤੇ ਸਾਰੇ ਫਿਰ ਆ ਕੇ ਬਹਿ ਗਏ ਤੇ ਸਾਨੂੰ ਤੇ ਪੁੱਛਦੇ ਹੀ ਕੋਈ ਨਹੀਂ ਪਿਆ ਤੱਕੋ ਗੇਮ ਖੇਡਾਂ ਮਨੇ ਕਿਹਾ ਹੁਣੇ ਛੱਟ ਮਨੇ ਕਿਹਾ ਕੀ ਟਾਈਮ ਹੀ ਉੱਥਾ ਕ ਟਾਈਮ 10 ਵਜੇਨ ਰਾਤ ਉਹ ਜੀ ਕਹੇ 100 ਮੋਟਰ ਠੋਕ ਸੋ ਮੋਟੋ ਠੋਪ ਕੇ ਸਵੇਰੇ ਬਲਾ ਨੇ ਸਾਰੇ ਬੰਦਾ ਤੇਰਾ ਤਲਕ ਨਾ ਵਸਤਾ ਨਾ ਕੋ ਗੱਲ ਨਾ ਕੋ ਬਾਤ ਕਾਦਾ ਸੋ ਮੋਟੋਤ ਲੈਣਾ ਪੈ ਮਿੱਠਿਆ ਕਿ ਕਿਦੇ ਕਿਧਰ ਸੋ ਮੋਟੋ ਰਹਿਣਾ ਪਿਛਲੇ 4 ਸਾਲ ਨਿਆਜ਼ੀ ਦੀ ਹਕੂਮਤ ਦੇ ਵਿੱਚ ਕਿੰਨੇ ਹਜ਼ਾਰ ਅਫਸਰ ਤਬਦੀਲ ਹੋਏ ਇਹ ਹਜੇ 2 ਮਹੀਨੇ ਪਹਿਲੇ ਉਹਨੇ ਉਹ ਮਹਿਮਨ ਸਾਹਿਬ ਜਿਹੜੇ ਡੀਜੀ ਐਫ ਆਈਏ ਨੇ ਉਹਨਾਂ ਨੂੰ ਤਬਦੀਲ ਕੀਤਾ 7 ਆਈਜੀ ਪੰਜਾਬ ਤਬਦੀਲ ਕੀਤੇ ਨੌ ਚੀਫ ਸੈਕਟਰੀ ਤਬਦੀਲ ਕੀਤੇ ਤੇ ਪਤਾ ਨਹੀਂ ਕੀ ਕੀ ਤਬਦੀਲ ਕੀਤਾ ਉਦੋਂ ਨਹੀਂ ਜਾਗੀ ਹੈ ਨਹੀਂ ਉਦੋਂ ਤਾਂ ਨਹੀਂ ਜਾਗੀ ਕਿਉਂਕਿ ਉਦੋਂ ਆਪਣਾ ਬੰਦਾ ਸੀ ਬਾਰਮ ਪੈਸੇ ਜੂ ਫੜੇ ਸਨ ਤੇ ਬੰਦਾ ਆਪਣਾ ਸੀ ਵਜ਼ੀਰ ਆਜ਼ਮ ਤੇ ਜੋ ਮਰਜ਼ੀ ਕਰਦਾ ਰਹੇ ਸਾਨੂੰ ਕੀ ਹੈ ਸਨ ਤੇ ਪਾਸਪੋਰਟ ਵੀ ਬਾਹਰ ਦੇ ਮਿਲ ਜਾਣੇ ਨੇ ਤੇ ਪੈਸੇ ਵੀ ਮਿਲ ਜਾਣੇ ਨੇ ਉੱਥੇ ਬੈਂਕਾਂ 'ਚ 10-10 20-20 ਮਿਲੀਅਨ ਡਾਲਰ ਤੇ ਮਜ਼ੇ ਲੈਣਗੇ ਇੱਕਦਮ ਕੀ ਹੁੰਦਾ ਹੈ ਇਹ ਅਦਮਤਵਾਦ ਆ ਜਾਂਦੀ ਹੈ ਇਸਟੈਬਲਿਸ਼ਮੈਂਟ న్యూਟਰਲ ਹੋ ਜਾਂਦੀ ਹੈ ਉਹ ਸਾਰੇ ਵਾਪਸ ਪਾਵਰ ਚ ਆ ਜਾਂਦੇ ਨੇ ਸਾਨੂੰ ਕਿਸੇ ਪੁੱਛੀ ਨਹੀਂ ਠੀਕ ਹੈ ਜੀ ਤੇ ਕੀ ਕਿਹਾ ਜੀ ਤਬਾਦਲੇ ਤੁਸੀਂ ਨਹੀਂ ਕਰ ਸਕਦੇ ਕਿਸੇ ਅਫਸਰ ਦੇ ਚ ਕਿਉਂ ਨਹੀਂ ਕਰ ਸਕਦੇ ਵਜ਼ੀਰ ਆਜ਼ਮ ਕੋਲ اختیار ਹੈ ਕਿ ਉਹ ਇੰਤਜ਼ਾਮੀ ਤਬਾਦਲੇ ਜਿਦੇ ਮਰਜ਼ੀ ਜਿੱਥੇ ਦਿਲ ਕਰੇ ਕਰ ਸਕਦਾ ਤੁਸੀਂ ਕੌਣ ਹੁੰਦੇ ਰੋਕਣ ਵਾਲੇ ਤੁਸੀਂ ਜੱਜ ਹੋ ਕੇ ਤੁਸੀਂ ਆਇਨੇ ਪਾਕਿਸਤਾਨ ਦੀ ਕਿਤਾਬ ਕਦੀ ਫੋਲੀ ਹੈ ਜੱਜ ਹੋ ਕੇ ਉਹ ਵੀ ਸੁਪਰੀਮ ਕੋਰਟ ਦਾ ਜੱਜ ਹੋ ਕੇ ਕਦੀ ਤੁਸੀਂ ਆਇਨੇ ਪਾਕਿਸਤਾਨ ਪੜਿਆ ਹੋਵੇ ਤਾਂ ਤੁਹਾਨੂੰ ਪਤਾ ਹੋਵੇ ਨਾ ਪਤਾ ਨਹੀਂ ਕਿਧਰ ਕਿਧਰ ਗੇਮਾਂ ਕਰ ਕਰ ਕੇ ਇੱਥੇ ਆ ਜਾਂਦੇ ਹੋ ਤੇ ਬੇਸਤੀ ਫਿਰ ਪੂਰੀ ਦੁਨੀਆ ਤੇ ਪਾਕਿਸਤਾਨ ਦੀ ਕਰਾਉਂਦੇ ਹੋ ਫਿਰ ਉਹ ਕਹਿੰਦੇ ਨੇ ਕਿ 175ਵੇਂ ਨੰਬਰ ਤੇ ਪਾਕਿਸਤਾਨ ਦੀ ਅਦਾਲੀਆ 176 ਮੁਲਕਾਂ ਵਿੱਚ ਤੇ ਅਸੀਂ ਜਿਹੜੇ ਬਾਹਰ ਆਈਏ ਸਾਡੀ ਬੇਸਤੀ ਫਿਰ ਤੁਸੀਂ ਕਰਾਉਂਦੇ ਹੋ ਉਹ ਬਾਬਾ ਇੰਤਜ਼ਾਮੀਆਂ ਦਾ ਅਖਤਿਆਰ ਹੈ ਜਿਵੇਂ ਨਿਆਜ਼ਤ ਬਦਲੇ ਕਰਦਾ ਰਿਹਾ ਐਵੇਂ ਇਹਦੇ ਕੋਲ ਅਖਤਿਆਰ ਹੈ ਤਬਦਲੇ ਕਰਨ ਦਾ ਤੁਸੀਂ ਕਿਵੇਂ ਰੋਕ ਸਕਦੇ ਹੋ ਠੀਕ ਹੈ ਨਾ ਜੀ ਤੇ ਇਹ ਆਪਣੇ ਦਿਲੋਂ ਸ਼ੇਖ ਬਾਦ ਸ਼ਰੀਫ ਦੇ ਅੱਗੇ ਰੋੜੇ ਅਟਕਾਓ ਉਹਦੀ ਹਕੂਮਤ ਨੂੰ ਅਮਲੀ ਫਰਕ ਕਰ ਦਿਓ ਕੋਈ ਫੈਸਲਾ ਨਾ ਕਰੇ ਕੋਈ ਤਬਦੀਲੀ ਨਾ ਕਰੇ ਨੈਪ ਚੇਅਰਮੈਨ ਦੀ ਤਬਦੀਲ ਨਾ ਕਰੇ ਇਹ ਕਿਉਂ ਸਾਰਾ ਕੁਝ ਕਰ ਰਹੇ ਨੇ ਕਿਉਂਕਿ ਗੋਗੀ ਨੇ ਫਸਣਾ ਗੋਗੀ ਫਸ ਰਹੀ ਏ ਔਰ ਇਹ ਸਾਰਾ ਗੋਗੀ ਗੈਂਗ 2070 ਅਰਬ ਰੁਪਇਆ ਗੋਗੀ ਲੈ ਕੇ ਨਸੀ ਗੋਗੀ ਵੀ ਫਸਣਾ ਨਿਆਜ਼ੀ ਵੀ ਫਸਣਾ ਇਜਾਜ਼ ਔਰ ਅਹਿਸਨ ਵੀ ਫਸਣਾ ਔਰ ਦੋ ਤਰਾ ਹੋਰ ਮਠਿਆਣੇ ਫਸਣਾ ਜਿਨ੍ਹਾਂ ਦਾ ਅਸੀਂ ਨਾਂ ਨਹੀਂ ਲੈ ਸਕਦੇ ਤੇ ਯਾਂ ਹੀ ਗੋਗੀ ਦੇ ਭਰਾ ਨੂੰ ਫੜਿਆ ਗਿਆ ਸ਼ਫੀਕ ਨੂੰ ਤੇ ਰੌਲਾ ਪੈ ਗਿਆ ਕਿ ਤਬਾਦਲੇ ਨਹੀਂ ਕਰ ਸਕਦੇ ਅਫਸਰ ਨਹੀਂ ਲਾ ਸਕਦੇ ਲਾ ਅਫਸਰ ਨਹੀਂ ਆਪਣੇ ਲਾ ਸਕਦੇ ਤੇ ਫਿਰ ਕਰਨਾ ਕੀ ਹੈ ਵੀ ਤੁਸੀਂ ਮੁਲਕ ਵੀ ਆਪ ਹੀ ਚਲਾ ਲਓ ਭਾਈ ਠੀਕ ਹੈ ਨਾ ਜੀ ਤੇ ਇਹ ਸਰਕਾਰ ਸੁਪਰੀਮ ਕੋਰਟ ਸਾਹਿਬ ਜਿਹੜੇ ਨੇ ਇਹ ਜਿਹੜੇ ਪੰਜ ਲੋਗ ਨੇ ਇਹ ਉਹੀ ਲੋਗ ਨੇ ਜਿਨ੍ਹਾਂ ਪਨਾਮਾ ਇਹ ਚੋ ਹੰਗਾਮਾ ਕਰਿਆ ਔਰ ਮੁਲਕ ਜਿਹੜਾ ਉਹਨੂੰ ਤਬਾਹ ਕੀਤਾ ਮੁਲਕ ਦੀ ਮੌਇਸ਼ਰ ਤਬਾਹ ਕੀਤੀ ਮੁਲਕ ਦੀ اخਲਾਕੀਅਤ ਤਬਾਹ ਕੀਤੀ ਔਰ ਅੱਜ ਇਹ ਕਹਿ ਰਹੇ ਨੇ ਮੈਂ ਤੂੰ ਕਿਸਦਾ ਤਵਾਦਲਾ ਨਹੀਂ ਕਰ ਸਕਦਾ ਤੂੰ ਕੋਈ ਅਫੀਸਰ ਨਹੀਂ ਹਟਾ ਸਕਦਾ ਹੈ ਸਦਕੇ ਜਾਵਾਂ ਮੈਂ ਤੁਹਾਡੇ ਤੇ ਜਰਾ ਆئین ਦੀ ਕਿਤਾਬ ਖੋਲੋ ਨਾ ਤੇ ਉਹਨੂੰ ਪੜੋ ਔਰ ਪੜ੍ਹ ਕੇ ਤੇ ਲੋਕਾਂ ਨੂੰ ਸੁਣਾਓ ਕਿ ਵਜ਼ੀਰ ਆਜ਼ਮ ਦੇ ਕੋਲ ਕੀ اختیار ਹੁੰਦਾ ਔਰ ਤੁਹਾਡੇ ਕੋਲ ਕੀ اختیار ਆਪਣਾ ਕੰਮ ਹੁੰਦਾ ਨਹੀਂ ਤੇ ਦੂਜਿਆਂ ਦੇ ਕੰਮਾਂ 'ਚ ਰੋੜੇ ਠਕਾਉਂਦੇ 55000 ਕੇਸ ਸੁਪਰੀਮ ਕੋਰਟ 'ਚ ਪੈਂਡਿੰਗ ਪਏ ਐ ਤੇ ਉਹਨੂੰ ਹੀ ਠੀਕ ਕਰ ਲ ਕਿਸੇ ਨੂੰ ਰਿਲੀਫ ਦੇ ਦੇੋ ਗਰੀਬ ਨੂੰ ਪਤਾ ਨਹੀਂ 3 3 ਸਾਲਾਂ ਤੋਂ ਔਰਤਾਂ ਰੋਲ ਰਹੀਆਂ ਆ ਜ਼ਮੀਨਾਂ ਦੇ ਉਹਨਾਂ ਦੇ ਕੇਸ ਨੇ ਉਹ ਸੁਣ ਲਓ ਕਿਸੇ ਦੀ ਕੋਈ ਦੁਆ ਲੈ ਲਓ ਨਹੀਂ ਸਾਨੂੰ ਕਿਸੇ ਪੁੱਛਿਆ ਹੀ ਨਹੀਂ ਇਸਟੈਬਲਿਸ਼ਮੈਂਟ ਨੇ ਤੇ ਇਹ ਲਿਆ ਕੇ ਬਿਠਾ ਦਿੱਤੇ ਨੇ ਇਹਨਾਂ ਨੂੰ ਤੇ ਫਰਕ ਕਰ ਦਿੱਤਾ ਸਿਫਤਾ ਹਿਆਤ ਤੇ ਇਹ ਕਿੱਧਰ ਆ ਗਏ ਨੇ ਫਿਰ ਐ ਰੌਲਾ ਤੇ ਇਹ ਗੱਲ ਹੋਰ ਕੋਈ ਗੱਲ ਨਹੀਂ ਤੇ ਕੋਈ ਬਾਤ ਨਹੀਂ ਔਰ ਇਹ ਨਿਜ਼ਾਮ ਨੂੰ ਮਫਲੂਜ ਕਰਨਾ ਚਾਹੁੰਦੇ ਨੇ ਮੁਲਕ ਨੂੰ ਮਜ਼ੀਦ ਠੇਕੇਲਣਾ ਚਾਹੁੰਦੇ ਨੇ ਹਨੇਰੇ ਚ ਇਹ ਜਿਹੜਾ ਪੰਜਾਂ ਦਾ ਟੋਲਾ ਮੈਂ ਇਹਨਾਂ ਦੀ ਅਜੇ ਬਿਲਕੁਲ ਰਿਸਪੈਕਟ ਕਰਨਾ ਮੈਂ ਕੋਈ ਗੈਰ ਸਿਸਟਮ ਵਾਲੀ ਗੱਲ ਨਹੀਂ ਕਰ ਰਿਹਾ ਲੇਕਿਨ ਹਜੇ ਵੀ ਇਹਨਾਂ ਕੋਲ ਟਾਈਮ ਹੈ ਕਿ ਆਪਣੇ ਰਵੱਈਏ ਬਦਲੋ ਮੁਲਕ ਮੁਸ਼ਕਲ اچੇ ਮੁਲਕ ਨੂੰ ਅੱਗੇ ਲੈ ਕੇ ਚੱਲੋ ਸਪੋਰਟ ਕਰੋ ਹਕੂਮਤ ਨੂੰ ਠੀਕ ਹੈ ਨਾ ਜੀ ਨਾ ਕਿ ਅੱਗੇ ਰੋੜੇ ਅਟਕਾਓ ਐ ਲੈ ਕੇ ਤੇ ਇਹ ਮਿਠਿਓ ਇਹ ਸੁਪਰੀਮ ਕੋਰਟ ਨੇ ਅੱਜ ਇਹ ਇੱਕ ਜੁਡੀਸ਼ੀਅਲ ਮਾਰਸ਼ਲ ਐਲਾਨ ਦੀ ਕੋਸ਼ਿਸ਼ ਕੀਤੀ ਲੇਕਿਨ ਹੋਣਾ ਉਹੀ ਹੈ ਜੋ ਵਜ਼ੀਰ ਆਜ਼ਮ ਚਾਹੇਗਾ ਇਨਸ਼ਾ ਅੱਲਾਹ